ਸੋਸਤੂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਰਿੰਕ ਐਜੂਕੇਸ਼ਨ ਵਿੱਚ ਤੇ ਪਿਛਲੇ ਕੁਝ ਦਿਨਾਂ ਤੋਂ ਤੇ ਅੱਜ ਈਟਟੀ ਸ਼ਾਰਟ 35 ਭਰਤੀ ਉੱਤੇ ਈਡਬਲਯੂਐਸ ਵਾਲੇ ਮੁੱਦੇ ਨੂੰ ਲੈ ਕੇ ਕੇਸ ਲੱਗਣ ਦੀ ਗੱਲ ਜੋ ਚੱਲ ਰਹੀ ਹੈ ਕਿ ਕੇਸ ਦੀ ਫਾਈਲ تیار ਹੋ ਚੁੱਕੀ ਹੈ ਤੇ ਕੇਸ ਲੱਗ ਚੁੱਕੇ ਨੇ ਤੇ ਸੋਮਵਾਰ ਨੂੰ ਆਪਾਂ ਨੂੰ ਇਹਨਾਂ ਦਾ ਡੈਰੀ ਨੰਬਰ ਤੇ ਸੀਡਬਲਯੂਪੀ ਨੰਬਰ ਮਿਲ ਸਕਦਾ ਹੈ ਤੇ ਈਟਟੀ ਸ਼ਾਰਟ 35 ਤੇ ਈਡਬਲਯੂਐਸ ਦੇ ਮੁੱਦੇ ਨੂੰ ਲੈ ਕੇ ਕੇਸ ਲੱਗਣ ਦੀ ਗੱਲ ਚੱਲ ਰਹੀ ਹੈ ਤੇ ਇੱਕ ਕੇਸ ਲਗਾਉਣ ਵਾਲੀ ਪਾਰਟੀ ਹੈ ਤੇ ਦੂਜੀ ਉਸ ਨੂੰ ਡਿਫੈਂਡ ਕਰਨ ਵਾਲੀ ਪਾਰਟੀ ਹੈ ਤੇ ਇਸ ਵਿੱਚ ਸਭ ਤੋਂ ਵੱਡੀ ਗੱਲ ਨਿਕਲ ਕੇ ਸਾਹਮਣੇ ਆਉਂਦੀ ਹੈ ਕਿ ਹਲੇ ਤੱਕ ਵਿਭਾਗ ਦੁਆਰਾ ਡਿਪਾਰਟਮੈਂਟ ਦੁਆਰਾ ਐਜੂਕੇਸ਼ਨ ਡਿਪਾਰਟਮੈਂਟ ਦੁਆਰਾ ਕੋਈ ਵੀ ਫਾਈਨਲ ਲਿਸਟ ਜਾਰੀ ਨਹੀਂ ਕੀਤੀ ਗਈ 663 ਪੋਸਟਾਂ ਨੇ ایਡਬਲਯੂਐਸਟੀਆਂ ਵਿਭਾਗ ਦੁਆਰਾ ਜਾਂ ਡਿਪਾਰਟਮੈਂਟ ਦੁਆਰਾ 700 ਪੋਸਟਾਂ ਦੀ ایਡਬਲਯੂਐਸ ਨੂੰ ਭਰਤੀ ਨਹੀਂ ਦਿੱਤੀ ਗਈ ਨਾ 600 ਪੋਸਟਾਂ ਨੇ ਦਿੱਤੀ ਗਈ ਹਲੇ ਤੱਕ ਉਹਨਾਂ ਦੁਆਰਾ ਕੋਈ ਲਿਸਟ ਹੀ ਨਹੀਂ ਜਾਰੀ ਕੀਤੀ ਗਈ ਤਾਂ ਕੇਸ ਕਿਵੇਂ ਲੱਗ ਸਕਦਾ ਹੈ ਇਸ ਵਿੱਚ ਨੁਕਸਾਨ ਕਿਸ ਦਾ ਕਿਵੇਂ ਹੋ ਸਕਦਾ ਹੈ ਜਾਂ ਕੋਈ ਪਹਿਲਾ ਅੰਦਾਜ਼ਾ ਕਿਵੇਂ ਲਗਾ ਸਕਦਾ ਹੈ ਕਿ ਇਸ ਨੂੰ ਹੀ ਈਡਬਲਯੂਐਸ ਨੂੰ ਫਾਇਦਾ ਹੋਵੇਗਾ ਜਾਂ ਨੁਕਸਾਨ ਹੋਵੇਗਾ ਜਦੋਂ ਤੱਕ ਡਿਪਾਰਟਮੈਂਟ ਵੱਲੋਂ ਕੋਈ ਫਾਈਨਲ ਲਿਸਟ ਹੀ ਨਹੀਂ ਜਾਰੀ ਕੀਤੀ ਗਈ ਤਾਂ ਨੁਕਸਾਨ ਫਾਇਦੇ ਦਾ ਕਿਵੇਂ ਪਤਾ ਲੱਗ ਸਕਦਾ ਹੈ ਤੇ ਨੁਕਸਾਨ ਫਾਇਦੇ ਦਾ ਪਤਾ ਲੱਗਣ ਤੋਂ ਪਹਿਲਾਂ ਹੀ ਕੇਸ ਆਪਾਂ ਕਿਵੇਂ ਲਾ ਸਕਦੇ ਹਾਂ ਤੇ ਕਿਵੇਂ ਉਸ ਨੂੰ ਡਿਫੈਂਡ ਕਰ ਸਕਦੇ ਹਾਂ ਸਭ ਤੋਂ ਵੱਡੀ ਗੱਲ ਇਹ ਹੈ ਕਿ ਕੇਸ ਲੱਗਣ ਦਾ ਕੋਈ ਤੁੱਕੀ ਨਹੀਂ ਬਣਦਾ ਜਦੋਂ ਤੱਕ ਵਿਭਾਗ ਦੁਆਰਾ ਡਿਪਾਰਟਮੈਂਟ ਦੁਆਰਾ ਕੋਈ ਲਿਸਟ ਫਾਈਨਲ ਲਿਸਟ ਜਾਰੀ ਨਹੀਂ ਕੀਤੀ ਜਾ ਸਕਦੀ ਫਾਈਨਲ ਲਿਸਟ ਤੋਂ ਬਿਨਾਂ ਆਪਾਂ ਨੂੰ ਕਿਵੇਂ ਪਤਾ ਚੱਲ ਜੂਗਾ ਕਿ ਇਥੇ 3WS ਨੂੰ ਨੁਕਸਾਨ ਹੋ ਰਿਹਾ ਹੈ ਇਥੇ 3WS ਨੂੰ ਫਾਇਦਾ ਹੋ ਰਿਹਾ ਹੈ ਤਾਂ ਇਹ ਸਾਰੀਆਂ ਚੀਜ਼ਾਂ ਇੱਕ ਭਰਤੀ ਜਿਨ੍ਹਾਂ ਦਾ ਨੰਬਰ ਨਹੀਂ ਆਉਂਦਾ ਉਹ ਖੜੇ ਹੋ ਚੁੱਕੇ ਨੇ ਕਿ ਇਸ ਭਰਤੀ ਨੂੰ ਕਿਸੇ ਤਰੀਕੇ ਨਾਲ ਰੋਲ ਲਿਏ ਅਤੇ ਉਹਨਾਂ ਨੂੰ ਸਾਫ਼ ਦੱਸ ਦੇਣਾ ਚਾਹੁੰਦਾ ਕਿ ਇਹ ਭਰਤੀ ਤੇ ਕਿਸੇ ਤਰ੍ਹਾਂ ਦਾ ਕੋਈ ਸਟੇ ਨਹੀਂ ਆਉਂਦਾ ਕੋਈ ਇਹ ਭਰਤੀ ਰੁੜਨ ਵਾਲੀ ਨਹੀਂ ਹੈ ਇਹ ਭਾਰਤੀ 10 ਤੋਂ 15 ਦਿਨਾਂ ਦੇ ਅੰਦਰ ਕੰਪਲੀਟ ਹੋ ਜਾਵੇਗੀ ਕੋਈ ਕੇਸ ਨਹੀਂ ਲੱਗਣ ਵਾਲਾ ਇਹ ਤੇ ਕਿਉਂਕਿ EWS ਦੀ ਕੋਈ ਹਲੇ ਤੱਕ ਕੋਈ ਫਾਈਨਲ ਮੈਰਿਟ ਨਹੀਂ ਆਈ ਹੈ 663 ਪੋਸਟਾਂ ਨੇ ਨਾ ਤਾਂ ਵਿਭਾਗ ਡਿਪਾਰਟਮੈਂਟ ਨੇ 700 ਪੋਸਟਾਂ ਨੂੰ ਜੁਆਇਨਿੰਗ ਦਿੱਤੀ ਹੈ EWS ਨੂੰ ਨਾ 600 ਨੂੰ ਜੁਆਇਨਿੰਗ ਦਿੱਤੀ ਹੈ ਤੇ ਇਹ ਡਿਪਾਰਟਮੈਂਟ ਬਹੁਤ ਸਾਮੰਦਾਰ ਹੈ ਆਈਐਸ ਅਧਿਕਾਰੀ ਬੈਠੇ ਨੇ ਇੱਕ ਇੱਕ ਚੀਜ਼ ਨੂੰ ਫੂਕ ਫੂਕੇ ਕਦਮ ਰੱਖ ਰਹੇ ਨੇ ਤੇ ਜੋ ਵੀ ਐਡਵੋਕੇਟ ਨੇ ਸੁਪਰੀਮ ਕੋਰਟ ਹਾਈ ਕੋਰਟ ਦੇ ਜਾਂ AWS ਨਾਲ ਰਿਲੇਟਡ ਜੋ ਵੀ ਅਥਾਰਟिटीज ਨੇ AWS ਨਾਲ ਰਿਲੇਟਡ ਜੋ ਵੀ ਜੋ ਬੁੱਧੀਜੀਵੀ ਨੇ ਸਭ ਤੋਂ ਨੌਲੇਜ ਲੈ ਕੇ ਇਹ ਡਾਟਾ ਇਹ ਫਾਈਨਲ ਲਿਸਟ ਆਵੇਗੀ ਤਾਂ ਕੇਸ ਲੱਗਣ ਦਾ ਕੋਈ ਵੀ ਤੁਕ ਨਹੀਂ ਬਣਦਾ ਤੇ ਜੋ ਕੇਸ ਲੈਣ ਦੀ ਤਿਆਰੀ ਕਰ ਰਹੇ ਨੇ ETT ਛਾਟ 35 ਭਰਤੀ ਤੇ ਉਹ ਕਿਸੇ ਵੀ ਮੁੱਦੇ ਨੂੰ ਲੈ ਕੇ ਹੋਵੇ ਉਹਨਾਂ ਨੂੰ ਮੇਰੇ ਵੱਲੋਂ ਜਾਂ ਸਾਡੇ ਵੱਲੋਂ ਇਹੀ ਐਡਵਾਈਸ ਹੈ ਕਿ 9894 ਦੀ ਤਿਆਰੀ ਕਰੋ ਨਹੀਂ 9894 ਤੋਂ ਵੀ ਰਹਿ ਜਾਓਗੇ 9894 ਵੀ ਤੁਹਾਡੇ ਹੱਥੋਂ ਜਾਂਦੀ ਰਹੂਗੀ ਕਿਉਂਕਿ 10 ਤੋਂ 15000 ਬੱਚੇ ਨੇ ਨਵੇਂ ਟੈਟ ਪਾਸ ਕਰਿਆ ਤੇ ਸਾਰੇ ਇੰਟੈਲੀਜੈਂਟ ਬੱਚੇ ਨੇ ਤੇ ਸਾਰਿਆਂ ਨੇ 10ਵੀਂ 12ਵੀਂ ਚ ਮੈਥ ਸਾਇੰਸ ਸੀ ਮੈਥ ਸਾਇੰਸ ਉਹਨਾਂ ਦਾ ਪਹਿਲੀ ਮਜ਼ਬੂਤ ਹੈ ਤੇ 40 ਤੋਂ 40 ਨੰਬਰ ਲੈਣਗੇ 10ਵੀਂ ਜੋ 10ਵੀਂ 12ਵੀਂ ਕਰਕੇ ਹੁਣੀ ਉਹਨਾਂ ਨੇ ETT ETT ਕਰੀਆ ਤੇ ਟੈਟ ਪਾਸ ਕਰਿਆ ਤੇ ਇੰਗਲਿਸ਼ ਵੈਸੇ ਉਹਨਾਂ ਦੀ ਸਟਰੋਂਗ ਹੈ ਪੰਜਾਬੀ ਉਹਨਾਂ ਨੂੰ ਹੀ ਆਉਂਦੀ ਐ SSC ਨੰਬਰ ਮਾਰਨਗੇ ਉਹ ETT 9894 'ਚ ਇਸ ਕਰਕੇ ਕਹਿਣਾ ਚਾਹੁੰਦਾ ਕਿ 9894 ਦੀ ਤਿਆਰੀ ਕਰ ਲਓ ਨੌਕਰੀ ਮਿਲ ਜੂਗੀ 9893 ਤੋਂ ਵੀ ਜਾਂਦੇ ਰਹੋਗੇ ਤੇ ਕਿ ਅਤੇ ਹੋਰ ਭਰਤੀਆਂ 'ਚ ਤੁਹਾਨੂੰ ਕਿਸੇ ਨੇ ਖੜ੍ਹ ਨਹੀਂ ਦੇਣਾ ਨਾ ਕਲਰਕ 'ਚ ਨਾ ਪੰਜਾਬ ਪੁਲਿਸ ਸਬ ਇੰਸਪੈਕਟਰ ਜੋ ਜਰਨਲ ਭਰਤੀਆਂ ਹੁੰਦੀਆਂ ਨੇ ਸਮਾਨੀਆਂ ਭਰਤੀਆਂ ਹੁੰਦੀਆਂ ਨੇ ਇਸ ਕਰਕੇ 9894 ਦੀ ਦਿਨ ਰਾਤ ਤਿਆਰੀ ਕਰੋ 10 ਤੋਂ 12 ਘੰਟੇ ਤੁਸੀਂ ਪ੍ਰੈਪਰੇਸ਼ਨ ਕਰੋ 9894 ਦੀ ਤਾਂ ਨੰਬਰ ਆਵੇਗਾ ਠੀਕ ਹੈ ਕਿਉਂਕਿ ਨਵੇਂ ਬੱਚੇ ਨੇ ਮੈਥ ਤੇ 10ਵੀਂ ਦਾ ਮੈਥ ਅ ਰਸਾਇੰਸ ਕਰਦਿਆਂ ਨੂੰ ਉਹਨਾਂ ਨੂੰ ਬਹੁਤ ਟਾਈਮ ਹੋ ਗਿਆ ਤੇ ਇਵਨ ਕਿ +2 ਦਾ ਮੈਥ ਕਰਿਆ ਜਿੱਥੇ ਡਿਫਿਕਲਟ ਮੈਥ ਮੰਨੇ ਜਾਂਦਾ +2 ਦਾ ਤੇ ਸਾਇੰਸ ਕਰੀਆ ਠੀਕ ਹੈ +2 ਦੀ ਸਾਇੰਸ ਤੇ 10ਵੀਂ ਦੀ ਸਾਇੰਸ ਐਡਵਾਂਸ ਦਸਵੀਂ ਦੀ ਸਾਇੰਸ ਐਡਵਾਂਸ ਲੈਵਲ ਤੇ ਵਗ ਜਾਂਦੀ ਹੈ 10+2 ਜੋ ਠੀਕ ਹੈ ਤਾਂ ਕਹਿ ਸਕਦੇ ਹਾਂ ਕਿ ਉਹਨਾਂ ਦੀ ਬਹੁਤ ਬਰੀਕੀ ਨਾਲ ਤਿਆਰੀ ਹੈ ਤਾਂ ਕਰਕੇ 9894 ਦੀ ਤਿਆਰੀ ਕਰੋ ਕਿਸੇ ਨਾਲ ਕੁਝ ਨਹੀਂ ਮਿਲਣਾ ਭਰਤੀ 10 ਤੋਂ 15 ਦਿਨਾਂ ਵਿੱਚ ਪੂਰ ਹੋਣ ਜਾ ਰਹੀ ਹੈ ਤਾਂ ਕਰਕੇ ਅ ਸਿਆਣੇ ਬਣੋ ਸਮਝਦਾਰ ਬਣੋ ਆਪਣੇ ਪਰਿਵਾਰ ਬਾਰੇ ਸੋਚੋ ਤੇ ਆਪਣੇ ਬਾਰੇ ਸੋਚੋ ਆਪਣੇ ਆਉਣ ਵਾਲੇ ਬੱਚਿਆਂ ਬਾਰੇ ਸੋਚੋ ਆਪਣੀ ਵਾਈਫ ਬਾਰੇ ਸੋਚੋ ਤੇ ਆਪਣੇ ਸਭ ਤੋਂ ਵੱਡੀ ਗੱਲ ਆਪਣੇ ਮਾਪੇ ਬਾਰੇ ਸੋਚੋ 9894 ਦੀ ਤਿਆਰੀ ਕਰੋ ਨੰਬਰ ਆ ਜਾਊਗਾ ਸਿਲੈਕਸ਼ਨ ਲੈ ਜਾਊਗਾ ਨਹੀਂ 9894 ਵਰਗਾ ਕੰਪੀਟੀਸ਼ਨ ਈਟੀਟੀ ਦੀ ਕਿਸੇ ਵੀ ਭਰਤੀ ਵਿੱਚ ਦੇਖਣ ਨੂੰ ਤੁਹਾਨੂੰ ਨਹੀਂ ਮਿਲੇਗਾ ਕਿਉਂਕਿ ਫਰੈਸ਼ ਬੱਚੇ ਨੇ 10ਵੀਂ 12ਵੀਂ ਦਾ ਮੈਥ ਸਾਇੰਸ ਕਰਕੇ ਆਏ ਨੇ ਇੰਗਲਿਸ਼ ਚ ਉਹਨਾਂ ਨੇ ਪਲੱਸ 2 ਉਹਨਾਂ ਨੇ ਇੰਗਲਿਸ਼ ਚ ਕੀਤੀ ਹੈ ਇਸ ਕਰਕੇ ਮੈਂ ਦੱਸਣਾ ਚਾਹੁੰਦਾ ਕਿ ਬਹੁਤ ਜ਼ਿਆਦਾ ਹਾਈ ਕੱਟਆਫ ਜਾਣ ਵਾਲੀ ਹੈ ਤਿਆਰੀ ਕਰ ਲਓ ਸਿਆਣੇ ਬਣ ਜੋ ਅੱਧੀ ਵੀਡੀਓ ਵਾਸਤੇ ਨਹੀਂ ਧੰਨਵਾਦ ਦੋਸਤੋ